देखने वाले सभी दर्शकों का स्वागत है हमारे YouTube चैनल पर पीछा आपने मेरी वीडियो देखी है मनीषा और अश्विनी की लव मैरिज दोनों कर ले हैं जिसमें मनीषा ग्रेजुएट है और अश्विनी का कुछ, आ, साथ कुछ इंसिडेंस हो जाए जिस कारण वो बेड पे है और

डाल दे अच्छा एक था था अंकल जी जब थोड़ा 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 बड़ा 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 बेटा 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 सा फोल्ट में चले गया था, और के साथ भी बहुत बड़ा इंसिडेंस हो गया था ताई तो अपनी पहला गुजर रही थी तो उस टाइम वो किसा टेम रहा होगा वो टेम भी बढ़िया था टेम घटिया नहीं बढ़िया अच्छा आप पहलवान देता हो जी और ਕੀ ਕਹਣਾ ਚਾਹੋਗੇ ਬੱਚੇ ਹੈ ਚਾਹੇ ਆਵੇਸ਼ ਮਕਲੇ ਚਾਹੇ ਕੁਝ ਵੀ ਕਰ ਲੈ ਕਈ ਵਾਰ ਗਲਤ ਕਰਦੇ ਤੇ ਮਾਪੇ ਕੋਈ ਨਹੀਂ ਚਾਹਦਾ ਕਿਸੇ ਦਾ ਮਾਪੇ ਨਹੀਂ ਚਾਹਦਾ ਗਲਤੀ ਕੋਈ ਵੀ ਕਰ ਲਓ ਗਲਤੀ ਸੁਧਾਰਨੀ ਪੜੇ ਹੈ ਸੁਧਾਰਨੀ ਪੜੇ ਹੈ ਹਾਂ ਬਿਲਕੁਲ ਮਾਫੀ ਮੰਗਣੀ ਪੜੇ ਹੈ ਗਲਤੀ ਸੁਧਾਰਨੀ ਪੜੇ ਹੈ ਕੁਝ ਵੀ ਕਰ ਲਓ ਅੱਛਾ ਮਨੀਸ਼ਾ ਇਸ ਘਰ ਮਾਈ ਆਪ ਨਾ ਸੋਚਿਆ ਤਾਂ ਕਦੀ ਖੁਸ਼ੀਆਂ ਇੱਕਦਮ ਨਹੀਂ ਆ ਜਾਂਗੀ ਦੇਖੋ ਆਸ ਤੋਂ ਹੁੰਦੀ ਹੈ ਸਾਹ ਸੇ ਨਹੀਂ ਤਾਂ ਆਸ ਤੋਂ ਹੋਏ ਹੈ ਹਾਂ ਹਾਂ ਜੀ ਤੇ ਜੀ ਉਹ ਜਾ ਹੈ ਅੱਛਾ ਆਪ ਨੇ ਮਨੀਸ਼ਾ ਕੋ ਪਹਿਲੇ ਕبھی ਬਾਤਚੀਤ ਕਰਨੇ ਦੀ ਕੋਸ਼ਿਸ਼ ਕੀਤੀ ਜਾਂ ਬੇਟਾ ਨੇ ਕبھی ਬਤਾਇਆ ਨਾ ਮਨ ਨੇ ਤੋ ਮੇਰੀ ਬਾਤ ਸੁਣੋ ਜਿਸ ਤਰ੍ਹਾਂ ਆਨ ਕੀ ਬਾਤ ਹੁੰਦੀ ਰਹਿੰਦੀ ਮਤਲਬ ਇਤਨੀ ਚਰਚਾ ਇਤਨੀ ਹੋ ਜਾਂਦੀ ਬੋਲੇ ਭਾਈ ਮੈਂ ਬਾਤ ਕਰੂੰ ਤੂੰ ਬਾਹਰ ਨਾ ਚੱਲ ਪਪਾ ਭਾਈ ਬਾਪ ਬੇਟਾ ਲੋ ਮਤਲਬ ਦਾਇਰ ਹੋ ਹਨ ਹਾਂ ਉਹ ਦਾਇਰਾ ਜ਼ਰੂਰੀ ਹਾਂ ਮੋਬਾਈਲ ਕਿਸੇ ਤੇ ਵੀ ਬਾਤ ਕਰੋ ਲੇਕਿਨ ਗਲਤ ਕੰਮ ਨਾ ਕਰਿਓ ਹਾਂ ਧੋਖਾ ਨਾ ਦਿਓ ਗਲਤ ਕੰਮ ਮਤ ਕਰਿਓ ਵੈਨੂ ਕਿਉਂਕਿ ਦੇਖੋ ਲੜਕੀ ਖਾਤਰ ਤਾਂ ਬਹੁਤ ਬੜਾ ਸਟੈਪ ਹੋਇਆ ਔਰ ਪਰਿਵਾਰ ਮੰਨਿਆ ਵੀ ਨਹੀਂ ਅੰਕਲ ਜੀ ਲੇਕਿਨ ਸਮਾਜਿਕ ਤਾਂ ਹੋ ਤਿੰਨ ਦਿਨ ਆਪਕਾ ਬੇਟੇ ਆਪਨੇ ਮਤਲਬ ਯੂ ਕਹਿਆ ਭਈ ਇਤਨਾ ਬੜਾ ਸਟੈਪ ਇੱਕ ਵਾਰ ਦੰਨੂ ਪਰਿਵਾਰ ਬੈਠ ਕੇ ਕਰ ਲਿਆ ਬਾਤ ਮਤਲਬ ਕੋਸ਼ਿਸ਼ ਕਰੀ ਗਈ ਥੀ ਲੇਕਿਨ ਕੋਸ਼ਿਸ਼ ਕੇ ਅੰਦਰ ਵਾਹ ਸੇ ਮਤਲਬ ਇਨਕਾਰ ਕਰ ਦਿਆ ਗਿਆ ਬੋਲੇ ਆਮ ਤੋ ਕੋ ਆ ਗਾਵਨ ਕੋ ਪਤਸਾਵਨ ਨਾ ਬਾਤ ਕਰਨੀ ਜਾਵਾ

ਠੀਕ ਠਾਕ ਹੈ ਆਪਣਾ ਅਸਨੀ ਜੋ ਹੈ ਪੈਰਾਂ ਦਾ ਦਿੱਕਤ ਹੈ ਆਲ ਇੰਡੀਆ ਕੀ ਨਹੀਂ ਆਲ ਵਰਲਡ ਕੀ ਮਤਲਬ ਸਭ ਸੇ ਬਾਦੂ ਲੜਕੀ ਹੈ ਮਨੀਸ਼ਾ ਹਾਂ ਇਸ ਸੇ ਬਾਦੂ ਲੜਕੀ ਮਤਲਬ ਨਹੀਂ ਬੇਟੇ ਆਪ ਆਪਣੀ ਜ਼ਿੰਦਗੀ ਦਾ ਇਤਨਾ ਬੜਾ ਫੈਸਲਾ ਕੈਸੇ ਲੈ ਰਹੇ ਹੋ ਮਨ ਸਾਰੀ ਬਾਤ ਕਹੀ ਦੀ ਨੀ ਉਲੀ ਪਾਪਾ ਮਨ ਮਤਲਬ ਸੋਚ ਕੇ ਲਿਓ ਮਨ ਬਗਰ ਸੋਚੇ ਮਨ ਫੈਸਲਾ ਨਹੀਂ ਲਿਓ अच्छा इंसान शरीर देख का मुंह देख का प्यार कर ले है सिर्फ नाम का प्यार चार दिन मौका था लेकिन मनीषा नसारी बातों दे यू फैसला लिया तो यू ਪਿਆਰ ਇੱਕ ਅਲੱਗ ਤਰੀਕਾ ਦਾ ਮੈਂ ਬਤਾਉਂਗੇ ਮੈਂ ਮਤਲਬ ਮੈਂ ਦੂਸਰੇ ਸਿਧਾਂਤ ਕੋ ਆਦਮੀ ਹਾਂ ਮੈਂ ਨਾ ਕਿ ਮੈਂ ਮੇਰੀ ਔਲਾਦ ਤੇ ਪਿਆਰ ਕਰੂੰ ਨਾ ਮੈਂ ਮੇਰੇ ਘਰ ਤੇ ਪਿਆਰ ਕਰੂੰ ਮੈਂ ਖਾਲੀ ਇਨਸਾਨੀਅਤ ਤੇ ਪਿਆਰ ਕਰੂੰ ਹਾਂ ਆਪ ਹੀ ਨੇ ਕੋਈ ਕਿਸੇ ਚੀਜ਼ ਤੇ ਕੋਈ ਮਤਲਬ ਨਹੀਂ ਹੈ ਆ ਬਈ ਲੋਗਾਂ ਦੋਰੇ ਪਿਓ ਅੱਛਾ ਲੱਗਣ ਲੱਗ ਗਿਆ ਇਧਰ ਆ ਜਾਓ ਇੱਕ ਵਾਰ ਅੱਛਾ ਇਸ ਜੋੜੀ ਨੇ ਮਿਲਿਆਣ ਮੈਂ ਮੇਨ ਯੋਗਦਾਨ ਕਿਸ ਕੰਮ ਕਰ ਮੈਂ ਯੋਗਦਾਨ ਦੇ ਹੋ ਰਿਹਾ ਲੋ ਭਾਈ ਕਈ ਨੰਦਾ ਚਰਚਾ ਹੋ ਰਹੀ ਹੈ ਬੈਰ ਬੈਠਾ ਉਹ ਭਾਈ ਬੈਰ ਬੈਠਾ ਉਹ ਭਾਈ ਬੈਰ ਬੈਠਾ ਉਹ ਭਾਈ ਇਹ ਭਾਈ ਹੈ एक सरपंच साहब का भी जिक्र और था सरपंच डेगावा सरपंच आदि अच्छा जी कैसे मिला ये जोड़ी किस तरह ये सिरा लगाई बात ये सिरे तो अपना नाम, नाम दे बता दे एक बार दर्शक ने मेरा नाम संदीप है गांव जिरोई जिरोई तो किस तरह आपको को मैं योगदान है इसमें योगदान तो ये था जो पहलवान है ना इससे मेरी बातचीत हमारी उठा बैठ चल रहा था फिर ने मेरे पास में कॉल किया अंकल ऐसे-ऐसे okay. मैं वो कर रहा हूँ आप भिवाणी से बात की देख ले सिचुएशन ये बात है। को ये है आज तो तुम्हारे कुछ मन में और कल नेगेटिव सोच चलने ठीक बात है फिर मनीषा ने कही मैं तो इसी से शादी करूंगी मतलब यू नहीं देखो शरीर हाँ। अच्छा फिर मनीषा का फैंस है। अच्छा आपने नहीं समझाने की कोशिश करी बेटी बहुत बड़ा फैसला अच्छा, ये साब है इनका भी बहुत बड़ा योगदान बताओ मारे नहीं खून मारा मतलब खून मर इनका योगदान है अंकल जी इनका क्या योगदान है इनको योगदान मतलब आगे पास सब जो भी काम कर साथ थी Mm. मैं साथ छू जो भी काम बढ़े वो mm. उस काम में।